ਸਾਲ ਜੀ, ਮੈਂ ਪੂਨਮ T80 84 ਨਿਊਜ਼ ਚੈਨਲ ਤੋਂ। ਅੱਜ ਅਸੀਂ ਅਰਬਨ ਸਟੇਟ ਫੇਸ 2 ਦੇ ਵਿੱਚ ਹਾਂ, ਜਿੱਥੇ ਕਿ 1984 ਦੇ ਕਤਲੇਆਮ ਹੋਏ ਸਿੱਖਾਂ ਦੇ ਨਾਲ ਪੁੱਡਾ ਨੇ ਬਹੁਤ ਧੋਖਾਧੜੀ ਕੀਤੀ ਹੈਗੀ। ਇਹ ਦੇਖ ਸਕਦੇ ਹੋ ਤੁਸੀਂ, ਇਹ ਪੂਰੀ ਤਰ੍ਹਾਂ ਰੈਸੀਡੈਂਸ਼ਲ ਏਰੀਆ ਆ। ਇਹਦੇ ਵਿੱਚ ਇਹ ਪਾਰਕ ਹੋਣੇ ਚਾਹੀਦੇ, ਜਿੱਥੇ ਕਿ ਇਹਨਾਂ ਨੂੰ ਜਗ੍ਹਾ ਦੇ ਕੇ ਇਹਨਾਂ ਨੂੰ ਬਹੁਤ ਧੋਖਾਧੜੀ ਕੀਤੀ ਆ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਗੱਲ ਕਰ ਰਹੇ ਹਾਂ 1984 ਸਿੱਖ ਕਤਲੇਆਮ ਪੀੜਤਾਂ ਨਾਲ ਹੋਈ ਠੱਗੀ ਦੇ ਸੰਬੰਧ ਵਿੱਚ ਕਿਰਪਾਲ ਸਿੰਘ ਖਾਲਸਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਤੁਹਾਡੇ ਨਾਲ ਕੀ ਇਸ ਤਰ੍ਹਾਂ ਦੀ ਠੱਗੀ ਹੋਈ ਹੈਗੀ ਹੈ? ਇਹ ਮੈਮ, ਸਾਨੂੰ 200 ਬੂਥ ਅਲਾਟ ਕਰਨੇ ਸੀਗੇ ਇਹਨਾਂ ਨੇ, PDA ਪੁੱਡਾ ਨੇ 2012 ਦੇ ਵਿੱਚ ਜੀ, ਜਿਹੜੇ ਕਿ ਸਾਨੂੰ ਕੀਮਤਾਂ ਸਾਡੇ ਤੋਂ ਲਈ ਗਈਆਂ GT ਰੋਡ ਦੀਆਂ, ਅਤੇ ਅਲਾਟਮੈਂਟ ਕਰ ਦਿੱਤੀ ਗਈ 2.5 ਕਿਲੋਮੀਟਰ ਪਿੱਛੇ ਰਿਹਾਇਸ਼ੀ ਏਰੀਏ ਦੇ ਵਿੱਚ ਜੀ, ਜਿਹੜਾ ਕਿ ਨਾ ਤਾਂ ਕਮਰਸ਼ੀਅਲ ਹੈ ਨਾ ਹੋ ਸਕਦਾ ਇਹਨਾਂ ਦੀ ਪੋਲਿਸੀ ਦੇ ਹਿਸਾਬ ਨਾਲ। ਅਤੇ ਉਹਦਾ ਮੈਂ ਤੁਹਾਨੂੰ ਸਟਾਰਟਿੰਗ ਤੋਂ ਦੱਸਦਾ ਕਿ ਵੀ ਇਹਨਾਂ ਨੇ 200 ਬੂਥ ਅਲਾਟ ਕਰਨੇ ਸੀਗੇ ਪਟਿਆਲਾ ਅਤੇ ਮੋਹਾਲੀ, 327 ਕੀਤੇ ਨੇ ਲੁਧਿਆਣੇ। ਉਹਨਾਂ ਦੀ ਅਲਾਟਮੈਂਟ ਸਹੀ ਹੈ, ਪਰ ਪਟਿਆਲੇ ਵਾਲੇ ਦੀ ਜਿਹੜੀ ਅਲਾਟਮੈਂਟ ਹੈ ਉਹ ਸਾਫ਼ ਹੀ ਵੱਡੀ ਲੈਵਲ 'ਤੇ 25 ਕਰੋੜ ਤੋਂ ਉੱਪਰ ਦਾ ਘਟਾਲਾ ਕੀਤਾ ਇਹਨਾਂ ਨੇ, ਅਮਾਊਂਟ ਲਈ ਗਈ ਸਾਡੇ ਤੋਂ GT ਰੋਡ ਪੋਕਿਟ ਦੀ, ਠੀਕ ਹੈ ਜੀ। ਅਤੇ ਅਲਾਟਮੈਂਟ ਕਰ ਦਿੱਤੀ ਗਈ ਘਰਾਂ ਦੇ ਵਿੱਚ, 20 ਫੁੱਟ ਦੀ ਸੜਕ ਦਿੱਤੀ ਗਈ ਹੈ, ਉਹ ਵੀ ਬੰਦ, ਚਾਰੋਂ ਪਾਸੋਂ ਏਰੀਆ ਬੰਦ ਹੈ, ਉਹਨੂੰ ਕਮਰਸ਼ੀਅਲ ਕਰ ਦਿੱਤਾ ਗਿਆ। ਇਹ ਸਾਨੂੰ ਜਾਣਕਾਰੀ RTA ਦੇ ਵਿੱਚ ਮਿਲੀ 2017 ਦੇ ਵਿੱਚ ਜੀ, 5ਵੇਂ ਮਹੀਨੇ ਦੇ ਵਿੱਚ ਪਤਾ ਲੱਗਿਆ, ਅਤੇ ਉਸ ਤੋਂ ਬਾਅਦ ਇਹਨਾਂ ਕੋਲ ਕਿਸੇ ਚੀਜ਼ ਦਾ ਕੋਈ ਜਵਾਬ ਨਹੀਂ ਹੈਗਾ। ਸਰ, ਇਹ 7 ਸਾਲ ਹੋ ਗਏ ਨੇ, ਅਤੇ 7 ਸਾਲ ਦੇ ਵਿੱਚ ਤੁਸੀਂ ਕੋਈ ਐਕਸ਼ਨ ਨਹੀਂ ਲਿਆ ਸਰ? ਮੈਮ, ਸਾਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਨਾਲ ਹੋਇਆ ਕੀ ਹੈ। ਸਾਨੂੰ ਇਹਨਾਂ ਨੇ ਇੰਨਾ ਦੱਸਿਆ ਅਖਬਾਰ ਦੇ ਵਿੱਚ ਕਿ 590 ਦਾ ਬੂਥ ਹੈ, ਅਤੇ ਆਹ ਲੋਕੇਸ਼ਨ, ਆਹ ਜਗ੍ਹਾ ਦਿਲ। RTA 'ਚੋਂ ਪਤਾ ਲੱਗਿਆ ਕਿ ਜਿਹੜੀ ਲੋਕੇਸ਼ਨ ਹੈ ਉਹ 'ਤੇ ਬੋਲੀ ਹੋਈ ਨਹੀਂ, ਕੀਮਤ ਹਿਡਨ ਰੱਖੀ ਇਹਨਾਂ ਨੇ ਜਿਹੜੀ ਤੈਅ ਕੀਤੀ। ਹੁਣ ਅਖਬਾਰ ਦੇ 590, RTA ਦੇ ਵਿੱਚ 12 ਲੱਖ ਕੀਮਤ ਹੈ ਬੂਥ ਦੀ। ਸਰ, ਕਿਹੜੀ ਜਗ੍ਹਾ ਸੀਗੀ ਜਿੱਥੇ ਤੁਹਾਡੇ ਹੋਣਾ ਸੀ? ਇਹ ਜਗ੍ਹਾ ਤਾਂ ਇਹਨਾਂ ਨੇ ਇਹੀ ਦਿਖਾਈ ਹੈ ਜਿਹੜੀ ਜਿੱਤੀ ਸਾਨੂੰ ਨਾ ਅਖਬਾਰ ਦੇ ਵਿੱਚ ਜੀ ਸਰ, ਪਰ ਜਿਹੜੇ ਪੈਸੇ ਲਾਏ ਗਏ ਨੇ ਉਹ GT ਰੋਡ ਦੇ ਲਾਏ ਗਏ ਨੇ ਜੀ ਸਰ, ਉਹ ਤੋਂ ਵਧਾ ਕੇ ਜੀ। ਹਾਂਜੀ ਸਰ, ਹੁਣ ਤੁਸੀਂ ਕੀ ਚਾਹੁੰਦੇ ਹੋ, ਮਤਲਬ ਕਿਸ ਤਰ੍ਹਾਂ ਹਿਸਾਬ ਮਿਲਣਾ ਚਾਹੀਦਾ ਤੁਹਾਨੂੰ? ਦੇਖੋ ਮੈਮ, ਮੇਨ ਗੱਲ ਇਹ ਹੈ ਕਿ ਵੀ ਸਾਨੂੰ ਕੋਈ, ਅਸੀਂ ਇਹਨਾਂ ਤੋਂ PDA ਤੋਂ ਭੁਈਖ ਨਾ ਮੰਗ ਨਹੀਂ ਰਹੇ। ਸਾਡਾ ਜਿਹੜਾ ਹੱਕ ਬਣਦਾ, ਜਿਹੜੀ ਜਗ੍ਹਾ 'ਤੇ ਪੈਸੇ ਲਏ ਗਏ ਨੇ ਜੀ, ਉਹ ਸਾਨੂੰ ਜਗ੍ਹਾ ਅਲਾਟ ਕੀਤੀ ਜਾਵੇ, ਬਣਾ ਕੇ ਦਿੱਤੀ ਜਾਵੇ। ਅਤੇ ਜਿਹੜਾ ਸਾਡਾ ਟਾਈਮ ਖਰਾਬ ਹੋਇਆ 7 ਸਾਲ ਦਾ ਜੀ, ਇਹਨਾਂ ਦੇ ਕਰਕੇ ਉਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਸਰ, ਇਸ ਦੇ ਰਿਗਾਰਡਿੰਗ ਤੁਸੀਂ ਪਹਿਲਾਂ ਕਿਤੇ ਕੰਪਲੇਂਟ ਕਰੀ ਹੈ? ਇਹ ਮੈਮ, ਇਹਦੇ ਮੈਨੂੰ 2 ਸਾਲ ਤੋਂ ਉੱਪਰ ਹੋ ਗਿਆ ਟਾਈਮ ਜੀ, CM ਤੋਂ ਲੈ ਕੇ ਪੰਜਾਬ ਦਾ ਕੋਈ ਮੰਤਰੀ ਨਹੀਂ ਛੱਡਿਆ ਜੀ, ਕਿ ਵੀ ਜਿਹਨੂੰ ਨਾ ਕੀਤੀ ਹੋਈ, SGPC ਤੱਕ ਨੂੰ ਕੀਤੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ, ਕਿਸੇ ਵੱਲੋਂ ਕੋਈ, ਕਿਸੇ ਨੇ ਆ ਕੇ ਮੌਕਾ ਨਹੀਂ ਚੈੱਕ ਕੀਤਾ। ਮਤਲਬ ਮੈਂ ਆਪਣੇ ਇਕੱਲੇ ਦੇ ਬੇਸ 'ਤੇ ਕਰ ਰਿਹਾ। ਅਤੇ ਇੱਕ ਲਾਸਟ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਜੀ, ਉਹਨਾਂ ਨੂੰ ਸਭ ਜਾਣਦੇ ਹੋਵੋਗੇ ਤੁਸੀਂ ਜੀ ਜੀ, ਅਤੇ ਉਹਨਾਂ ਕੋਲ ਗਿਆ ਅਤੇ ਉਹਨਾਂ ਨੇ ਆ ਕੇ ਮੌਕਾ ਚੈੱਕ ਕੀਤਾ। ਹੋਰ ਪੰਜਾਬ ਦੇ ਵਿੱਚ ਕੋਈ ਲੀਡਰ ਹੈ ਹੀ ਨਹੀਂ। ਉਸ ਤੋਂ ਪਹਿਲਾਂ ਸਰ, ਕਿਸੇ ਨੇ ਕੁਛ ਤੁਹਾਡੀ ਸੁਣਵਾਈ ਨਹੀਂ ਕੀਤੀ? ਨਹੀਂ, ਕਿਤੇ ਕੋਈ ਸੁਣਵਾਈ ਨਹੀਂ। DC ਇਹਨਾਂ ਨੂੰ ਕਰ ਦਿੰਦਾ, ਵਿਜੀਲੈਂਸ ਵਾਲੇ ਇਹਨਾਂ ਨੂੰ ਕਰ ਦਿੰਦੇ ਨੇ, ਮਤਲਬ ਚੋਰ ਨੂੰ ਕਹਿ ਦਿੰਦੇ ਨੇ ਇਨਕੁਆਇਰੀ ਕਰੋ ਜੀ, ਅਤੇ ਉਹ ਆਪਣੇ ਵੱਲੋਂ ਕਹਿ ਦਿੰਦੇ ਨੇ ਕਿ ਸਾਡੇ ਵੱਲੋਂ ਕਮਰਸ਼ੀਅਲ ਜਗ੍ਹਾ ਜੀ। ਹੁਣ ਲਾਸਟ ਦੇ ਵਿੱਚ ਇਹ, ਹੁਣ ਇਹਨਾਂ ਨੂੰ ਜਵਾਬ ਦੇਣਾ ਔਖਾ ਹੋਇਆ, ਚੰਡੀਗੜ੍ਹ ਚਲੇ ਗਿਆ ਮਸਲਾ ਜੀ, CA PDA ਕੋਲ ਤਾਂ ਹੱਲ ਹੋਇਆ ਨਹੀਂ। ਜਿਹੜੇ ਆਪਣਾ ਨਵੇਂ ਅਫਸਰ ਨੇ, ਇਹਨਾਂ ਨੂੰ ਮੌਕਾ ਵੀ ਚੈੱਕ ਕਰਾਇਆ, ਸੁਧਨ ਸਾਹਿਬ ਹੈਗੇ ਜਿਹੜੇ ਨਵੇਂ ਆਏ ਨੇ ਜੀ ਸਰ, ਅਤੇ ਇਹਨਾਂ ਨੂੰ ਮੌਕਾ ਚੈੱਕ ਕਰਾਇਆ, ਦੋਨੋਂ ਸਾਈਟਾਂ ਦਿਖਾਈਆਂ, ਅਤੇ ਉਹ ਤੋਂ ਬਾਅਦ ਵੀ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ। ਕਹਿੰਦੇ ਮੈਂ ਕਰਾਂਗਾ ਹੈਲਪ ਜਿੰਨੀ ਹੋ ਸਕਦੀ ਮੇਰੇ ਵੱਲੋਂ, ਅਤੇ ਲਾਸਟ ਜਵਾਬ ਇਹਨਾਂ ਦਾ ਉਹੀ ਆ ਗਿਆ ਕਿ ਸਾਡੇ ਵੱਲੋਂ ਟਾਊਨ ਪਲੇਨਰ ਨੇ ਪਾਸ ਕੀਤੀ ਹੈ, ਇਹ ਹੈ ਵੋ ਹੈ। ਸਰ, ਪੁੱਡਾ ਦੀ ਕਮਰਸ਼ੀਅਲ ਪਾਲਿਸੀ ਬਾਰੇ ਤੁਹਾਨੂੰ ਕੁਝ ਪਤਾ ਆ? ਮੈਮ, ਕਮਰਸ਼ੀਅਲ ਪਾਲਿਸੀ ਤੁਹਾਨੂੰ ਮੈਂ ਦੱਸਦਾ, ਇਹਨਾਂ ਦੀ ਨੈੱਟ 'ਤੇ ਪਈਆਂ ਹੋਈਆਂ ਨੇ, ਉਹ ਅੱਜ ਦੀ ਡੇਟ 'ਚ ਵੀ ਪਈ ਹੋਈ ਹੈ। ਉਹ ਇਹ ਜਿਹੜੀ ਕੱਢੀ ਆਪਾਂ ਨੈੱਟ ਤੋਂ ਕੱਢੀ ਹੈ, RTA ਦੇ ਵਿੱਚ ਇਹਨਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਉਸ ਗੱਲ ਦਾ ਕਿ ਕਮਰਸ਼ੀਅਲ ਪਾਲਿਸੀ ਕੀ ਨੋਰਮਸ ਨੇ ਕੀ ਨੇ। ਉਹ ਫਿਰ ਮੈਂ ਨੈੱਟ ਤੋਂ ਕੱਢੇ, ਨੈੱਟ ਤੋਂ ਸਾਫ਼ ਕਲੀਅਰ ਹੋ ਗਿਆ ਕਿ ਵੀ 80 ਫੁੱਟ ਦੀ ਅਪਰੋਚ ਰੋਡ ਕਮਰਸ਼ੀਅਲ ਐਕਟੀਵਿਟੀ ਦੇ ਲਈ
ਕੰਪਲਸਰੀ ਹੈ ਜੀ, ਤੇ ਉਹ ਉਸ ਚੀਜ਼ ਦਾ ਵੀ ਜਵਾਬ ਹੈ ਨਹੀਂ CAPDA ਕੋਲ ਕਿ ਵੀ ਪਾਲਿਸੀ ਤੁਹਾਡੀ ਹੈਗੀ ਹੈ ਜਿਹੜੀ ਉਹ ਹੈਗੀ ਹੈ 2007 ਦੀ ਜੀ, ਤੇ ਉਸ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਕਿ ਵੀ ਮੈਂ ਚੰਡੀਗੜ੍ਹ ਤੋਂ ਪਤਾ ਕਰਾਂਗਾ ਜੋ ਵੀ ਹੈ, ਬਹਾਨਾ ਮਾਰ ਦਿੰਦੇ ਨੇ ਉਹਦਾ ਨਹੀਂ ਕਲੀਅਰ। ਆਹ ਦੇਖੋ 19/9/2007 ਦੀ ਹੈਗੀ ਹੈ ਪਾਲਿਸੀ ਰਿਵਾਈਜ਼ਡ ਜੀ, ਉਹ 'ਚ ਸਾਫ਼ ਲਿਖਿਆ ਗਿਆ ਕਿ ਵੀ 80 to 100 feet ਦੀ ਜਿਹੜੀ ਮੈਂਸ਼ਨ ਪੂਰੀ ਕੀਤੀ ਗਈ ਹੈ। ਅਤੇ ਇੱਕ ਗੱਲ ਕਹਿੰਦੇ ਨੇ ਕਿ ਵੀ ਅਗਲਾ ਰੇਟ ਅਸੀਂ ਉਹ ਪਿੱਛੇ ਉਹੀ ਲਾ ਦਿੰਦੇ ਹੁੰਦੇ ਹਾਂ, ਉਹਦਾ ਵੀ ਆਪਣੇ ਕੋਲ ਰਿਕਾਰਡ ਹੈਗਾ ਕਿ ਅੱਗੇ ਅਤੇ ਪਿੱਛੇ ਦੀ ਕਮਰਸ਼ੀਅਲ ਪੋਕਿਟ ਦਾ ਘੱਟੋ ਘੱਟ 8,000 ਤੋਂ ਉੱਪਰ ਦਾ ਫਰਕ ਹੁੰਦਾ, ਪਰ ਸਾਨੂੰ ਤਾਂ ਕੁਛ ਕਮਰਸ਼ੀਅਲ ਦੇ ਨਾਂ 'ਤੇ ਕੁਛ ਦਿੱਤੇ ਨਹੀਂ ਗਿਆ ਜੀ। ਅਤੇ ਸਰ ਇਹ ਜਿਹੜੀਆਂ ਮੁਸ਼ਕਿਲਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਨੇ ਇੱਥੇ? ਮੈਮ ਇੱਥੇ ਦੇਖੋ ਲਾਈਟ ਜੀ ਬਿਲਕੁਲ, ਇੱਥੇ ਉੱਥੇ 150 ਵਾਟ ਦੇ ਬੱਲਬ ਜਗਦੇ ਨੇ, ਉਹਦੇ 40 ਵਾਟ ਦੀ ਟਿਊਬ, ਰਾਤ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਕੋਈ ਕਮਰਸ਼ੀਅਲ ਐਕਟੀਵਿਟੀ ਹੁੰਦੀ ਹੈ ਜੀ। ਇਹ ਸਿਰਫ ਜਿਹੜੇ 4-5 ਜਿਹੜੇ ਆਪਣੇ ਇੱਧਰਲੇ ਏਰੀਏ ਦੇ ਘਰ ਨੇ ਉਹਨਾਂ ਨੂੰ ਪਤਾ ਕਿ ਇੱਥੇ ਦੁਕਾਨਾਂ ਹੈਗੀਆਂ, ਮੈਨੂੰ ਨਹੀਂ ਲੱਗਦਾ ਕਿ ਪਟਿਆਲੇ ਜਾਂ ਆਰਮ ਸਟੇਟ ਦੇ ਵਿੱਚ ਕਿਸੇ ਪਤਾ ਵੀ ਹੋਊਗਾ ਉਹਦੇ ਮਾਰਕੀਟ ਕੱਟੀ ਹੋਈ ਜੀ, ਬਿਲਕੁਲ ਡੈਡ ਐਂਡ ਜਿਹਨੂੰ ਕਹਾਂਗੇ ਆਪਾਂ। ਅਤੇ ਪੋਰਸ਼ ਏਰੀਏ ਦਾ ਕੀਮਤਾਂ ਉਹ ਤੋਂ ਵੱਧ ਕੀਮਤ ਲਏਗੀ, ਤੁਹਾਡੇ ਤੋਂ ਵੱਧ ਕੀਮਤਾਂ ਲਏਗੀ। ਹਾਂਜੀ ਹਾਂਜੀ, ਪੋਲਸੀ ਇਹਨਾਂ ਦੀ ਹੈਗੀ ਹੈ ਕਿ 10% ਹਰ ਸਾਲ ਵਧਾਉਂਦੇ ਨੇ ਇਹ, ਉਹ ਪੋਲਸੀ ਸਾਡੇ 'ਤੇ ਲਾਗੂ ਕੀਤੀ ਗਈ ਸਿੱਖਾਂ 'ਤੇ, ਅਤੇ ਆਮ ਬੰਦੇ 'ਤੇ ਅੱਜ ਤੱਕ ਉਹ ਪੋਲਸੀ ਲਾਗੂ ਨਹੀਂ ਹੋਈ ਹੈਗੀ, ਉਸ ਦੇ ਹਿਸਾਬ ਨਾਲ ਪਟਿਆਲੇ ਦੇ ਵਿੱਚ ਅਲਾਟਮੈਂਟ ਨਹੀਂ ਹੋਈ ਹੈਗੀ ਜੀ, ਉਹਦੇ ਬਾਰੇ ਵੀ ਇਹਨਾਂ ਨਾਲ ਗੱਲ ਕੀਤੀ, ਉਸ ਗੱਲ ਦਾ ਵੀ ਇਹਨਾਂ ਕੋਲ ਜਵਾਬ ਨਹੀਂ ਹੈਗਾ, ਮਤਲਬ ਕਿਸੇ ਵੀ ਗੱਲ ਦਾ ਇਹਨਾਂ ਕੋਲ ਜਵਾਬ ਨਹੀਂ ਹੈ। ਅਤੇ ਇਹਨਾਂ ਨੂੰ ਰਿਪੋਰਟ ਤਿਆਰ ਕਰਨ ਲਈ ਕੀਤਾ, CA ਪੁੱਡਾ ਨੇ ਰਵੀ ਭਗਤ ਜੀ ਨੇ ਕਿਹਾ ਸੁਦਨ ਸਾਹਿਬ ਨੂੰ ਤਿਆਰ ਕਰਨ ਲਈ, 23 ਮਾਰਚ ਦੀ ਮੀਟਿੰਗ ਸੀਗੀ, 15 ਦਿਨ ਦਾ ਟਾਈਮ ਦਿੱਤਾ ਸੀਗਾ, ਅਤੇ ਅੱਜ ਤੁਸੀਂ ਦੇਖ ਲਓ ਜੂਨ ਚੱਲ ਰਿਹਾ, 16 ਜੂਨ ਹੈ ਜੀ, ਅੱਜ ਤੱਕ ਇਹਨਾਂ ਦੀ ਰਿਪੋਰਟ ਨਹੀਂ ਤਿਆਰ ਹੋਈ। ਸਰ ਕਿਹੜੇ ਆਫੀਸਰ ਕੋਲ ਗਏ ਸੀ ਤੁਸੀਂ ਆਪਣੀ ਲੈ ਕੇ ਆਪਣੀ ਕੰਪਲੇਂਟ? ਰਵੀ ਭਗਤ ਜੀ, CA ਪੁੱਡਾ ਮੋਹਾਲੀ। ਓਕੇ, ਉਹਨਾਂ ਨੇ ਸਰ ਫਿਰ ਕੀ ਮਤਲਬ ਕਿ ਉਹਨਾਂ ਨੇ ਦੁਬਾਰਾ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਸੀ ਸੁਦਨ ਸਾਹਿਬ ਨੂੰ, ਪਰ ਇਹ ਰਿਪੋਰਟ ਤਿਆਰ ਨਹੀਂ ਕਰ ਰਹੇ ਹੈਗੇ, 15 ਦਿਨ ਦਾ ਟਾਈਮ ਦਿੱਤਾ ਅਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਰਿਪੋਰਟ ਨਹੀਂ ਤਿਆਰ ਕੀਤੀ, ਨਾ ਹੀ ਕਰ ਰਹੇ। ਤੇ ਤੁਸੀਂ ਕੀ ਇਨਸਾਫ ਚਾਹੁੰਦੇ ਹੋ ਸਰ? ਮੈਮ ਮੇਨ ਗੱਲ ਹੈ ਵੀ ਸਾਡੇ ਤੋਂ ਜਿਸ ਜਗ੍ਹਾ ਦੇ ਪੈਸੇ ਲਏ ਗਏ ਨੇ ਉਹ ਜਗ੍ਹਾ ਸਾਨੂੰ ਅਲਾਟ ਕੀਤੀ ਜਾਵੇ, 200 ਬੂਥ ਉੱਥੇ ਬਣਾਏ ਜਾਣ, 68 ਦੀ ਅਲਾਟਮੈਂਟ ਹੋਈ ਹੈ, ਬਾਕੀ ਜਿਹੜੇ ਰਹਿੰਦੇ ਨੇ ਉਹ ਦੁਬਾਰਾ ਆਪਸ਼ਨ ਕੀਤੀ ਜਾਵੇ ਉਹਨਾਂ ਦੀ ਉਸੇ ਰੇਟ 'ਤੇ, ਜਿਹੜੀ 10% ਪੋਲਿਸੀ ਵਧਾ ਕੇ ਜਿਹੜਾ ਧੋਖਾ ਕੀਤਾ ਇਹਨਾਂ ਨੇ ਉਹ ਨਹੀਂ, ਜਿਹੜੀ ਆਖਰੀ ਬੋਲੀ ਸੀ 85,950 ਰੁਪਏ। ਪਟਿਆਲੇ ਦਾ ਪੋਰਸ਼ ਏਰੀਆ ਮੰਨਿਆ ਜਾਂਦਾ ਅਰਬਨ ਸਟੇਟ ਫੇਸ 2 ਪਟਿਆਲਾ ਜੀ, ਤੇ ਇਹਦਾ ਹਾਲ ਦੇਖ ਲਓ, 38 ਸਾਲ ਹੋ ਗਏ ਇਹਨਾਂ ਕੋਲ ਕੂੜਾ ਚੱਕਣ ਲਈ ਡੰਪ ਨਹੀਂ ਹੈਗਾ ਅਜੇ ਤੱਕ, ਤੇ ਸੁਣਨ 'ਚ ਆਇਆ ਕਿ ਫੇਸ 4 ਇਹਨਾਂ ਨੇ ਦੁਬਾਰਾ ਬਣਾਉਣ ਦਾ ਚੱਲ ਰਿਹਾ ਪਲਾਨ ਇਹਨਾਂ ਦਾ ਜੀ, ਫੇਸ 1, 2, 3 ਦੀ ਕੋਈ ਮੇਨਟੇਨੈਂਸ ਨਹੀਂ ਹੈਗੀ, 0 ਕੁਆਲਿਟੀ, ਬਿਲਕੁਲ ਠੇਕੇ ਦਿੱਤੇ ਹੋਏ ਨੇ, ਕੰਮ ਹੁੰਦੇ ਨਹੀਂ, ਕਾਗਜ਼ਾਂ 'ਚ ਸਾਰਾ ਕੁਝ ਭਰੀ ਜਾਂਦੇ ਨੇ ਅਮਾਊਂਟ, ਅਤੇ ਗਰਾਊਂਡ ਲੈਵਲ 'ਤੇ 0, ਸੜਕਾਂ ਟੁੱਟੀਆਂ ਪਈਆਂ ਨੇ ਅਰਬਨ ਸਟੇਟ ਦੀਆਂ। ਸਰ ਇੱਥੇ ਕਾਰਪੋਰੇਸ਼ਨ ਵਾਲੇ ਵੀ ਨਹੀਂ ਆਉਂਦੇ ਹੈਗੇ ਕਦੀ? ਇਹ ਜਿਹੜੇ ਪੁੱਡਾ ਦਾ ਏਰੀਆ, ਪੁੱਡਾ ਦਾ ਪੈਂਦਾ, ਪੁੱਡਾ ਦਾ ਠੇਕਾ ਹੋਇਆ ਹੁੰਦਾ, ਮੇਨਟੇਨੈਂਸ ਉਹਨਾਂ ਨੇ ਕਰਨੀ ਹੁੰਦੀ ਹੈ, ਚੱਕ ਕੇ ਲੈ ਕੇ ਜਾਣਾ ਹੁੰਦਾ, ਉਹ ਕਰਦੇ ਕੀ ਨੇ ਆਲੇ ਦੁਆਲੇ ਤੋਂ ਇਕੱਠਾ ਕਰਕੇ ਖਾਲੀ ਪਲਾਟਾਂ 'ਚ ਸੁੱਟ ਦਿੰਦੇ ਨੇ। ਆਹ ਕਮਰਸ਼ੀਅਲ ਪੋਕਿਟ ਹੈ, ਆਹ ਸਾਰੀ ਭਰੀ ਪਈ ਹੈ ਦੇਖੋ ਆਹ ਕੂੜੇ ਨਾਲ, ਇਹਨਾਂ ਦੇ ਕਈ ਵਾਰ ਬੰਦੇ ਇਹਨਾਂ ਦੇ ਫੜੇ ਨੇ ਅਤੇ ਕਹਿੰਦੇ ਅੱਗੇ ਤੋਂ ਨਹੀਂ ਕਰਾਂਗੇ, ਆਹ ਦੇਖ ਲਓ ਕਿੰਨੀ ਵਾਰ ਕੰਪਲੇਂਟ ਕਰ ਚੁੱਕੇ ਹਾਂ, ਕੋਈ ਹੈ ਹੀ ਨਹੀਂ, ਉਹ ਪੂਰਾ ਪਲਾਟ ਭਰਿਆ ਹੋਇਆ ਦੇਖੋ ਕੂੜੇ ਨਾਲ। ਇਹ ਹੁਣ ਬਰਸਾਤਾਂ ਪੈਣਗੀਆਂ ਅਤੇ ਇੱਥੇ ਹਾਲ, ਇੱਥੇ ਮੱਛਰ, ਗੰਦਗੀ ਅਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਪੂਰਾ ਬਣਿਆ ਰਹਿੰਦਾ। ਅਤੇ ਇੱਕ ਆਹ ਦੇਖੋ, ਤੁਹਾਨੂੰ ਗਾਵਾਂ ਦਾ ਦਿਖਾਉਂਦੇ ਹਾਂ, ਇਹ ਪੋਰਸ਼ ਏਰੀਆ ਮੰਨਿਆ ਜਾਂਦਾ ਪਟਿਆਲੇ ਦਾ ਅਰਬਨ ਸਟੇਟ, ਇਹ ਘੱਟੋ ਘੱਟ 30 to 50 ਗਾਵਾਂ ਆਮ ਘੁੰਮਦੀਆਂ ਨੇ ਉਰੇ,
ਇਹ ਦੇਖ ਲਓ ਇਹ ਲੜਦੇ ਨੇ ਅਤੇ ਜੇ ਕੋਈ ਵੀ ਜਾਨੀ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਉਹਦਾ। ਅਖਬਾਰਾਂ 'ਚ ਕਹੀ ਜਾਂਦੇ ਨੇ ਅਸੀਂ ਇੰਨੀਆਂ ਗਾਵਾਂ ਗਊਸ਼ਾਲਾ ਪਹੁੰਚਾਈਆਂ, ਗਊ ਸੇਸ ਲੱਗ ਰਿਹਾ, ਆਮ ਜਨਤਾ ਦੀ ਲੁੱਟ ਕਰੀ ਜਾਂਦੇ ਨੇ, ਅਤੇ ਇਹਨਾਂ ਤੱਕ ਜਿਹੜੀ ਅਮਾਊਂਟ ਪਹੁੰਚ ਨਹੀਂ ਰਹੀ ਹੈਗੀ, ਫਿਰ ਵੀ ਅਵਾਰਾਂ ਦੀ ਅਵਾਰਾਂ ਹੀ ਨੇ। ਸਰ ਤੁਸੀਂ ਕਿਹੜੇ ਆਫਿਸਰ ਕੋਲ ਗਏ ਸੀ ਪੁੱਡਾ ਦੇ ਅਤੇ ਉਹਨਾਂ ਦਾ ਤੁਹਾਡੇ ਵੱਲ ਕੀ ਰੁੱਖ ਸੀਗਾ, ਕੀ ਕਿਹਾ ਸੀ ਉਹਨਾਂ ਨੇ ਤੁਹਾਨੂੰ? ਅਸੀਂ ਗਏ ਸੀ ਸੂਰਜ ਸਾਹਿਬ ਨੂੰ ਮਿਲਣ ਵਾਸਤੇ। ਜੀ ਸਰ। ਸੂਰਜ ਸਾਹਿਬ ਦਾ ਜਵਾਬ ਸੀ ਕਿ ਮੈਂ ਵਕਾਲਤ ਕੀਤੀ ਹੈ ਜੀ, ਦੋ ਨੰਬਰ ਮੈਂ ਹਾਈ ਕੋਰਟ ਦੀ ਪ੍ਰੈਕਟਿਸ ਕਰਕੇ ਆਇਆ, ਤਿੰਨ ਨੰਬਰ ਮੈਂ ਐਸ ਡੀ ਐਮ ਰਾਜਪੁਰਾ ਲੈ ਕੇ ਆਇਆ ਜੀ, ਜਿੱਥੇ ਮਰਜ਼ੀ ਜਾ ਲਓ, ਜਿੱਥੇ ਮਰਜ਼ੀ ਦੌੜ ਪਾ ਕਰ ਲਓ, ਤੁਹਾਡਾ ਕੋਈ ਨਹੀਂ ਬਣਨਾ ਜੀ। ਸਾਨੂੰ ਉੱਥੋਂ ਪੁੱਛਿਆ ਗਿਆ ਕਿ ਤੁਸੀਂ ਇਹਨਾਂ ਕੋਲ ਕਿਉਂ ਨਹੀਂ ਜਾਂਦੇ, ਅਸੀਂ ਸਾਡਾ ਮਤਲਬ ਸਾਨੂੰ ਜਦ ਇਹੋ ਜਿਹੇ ਜਵਾਬ ਦਿੰਦੇ ਨੇ ਤਾਂ ਅਸੀਂ ਇਹਨਾਂ ਕੋਲ ਕੀ ਕਰਨ ਜਾਈਏ। ਤੁਹਾਡੀ ਮਦਦ ਕਰਾਂਗਾ, ਟਾਈਮ ਦਿਓ। ਉਸ ਬਾਅਦ ਟਾਈਮ ਜਿਵੇਂ ਜਿਵੇਂ ਪਾਸ ਹੋਈ ਗਿਆ, ਜਿਹੜੇ ਪੁਰਾਣੇ ਅਫਸਰ ਸੀ ਇੱਥੇ ਦੇ, ਜਿਵੇਂ ਪੜ੍ਹਾਈ ਗਏ ਇਹਨਾਂ ਨੂੰ, ਪੜ੍ਹਾਈ ਗਏ ਉਹ ਉਹਨਾਂ ਦੀ ਪੜ੍ਹਾਈ ਪੜ੍ਹ ਕੇ ਸਾਨੂੰ ਕੁਝ ਟਾਲਮ ਟੋਲ ਕਰਦੇ ਕਰਦੇ ਅੱਜ ਸਾਡੇ ਕੋਲ ਸਾਥ ਵੀ ਦੀ ਇਹਨਾਂ ਨੂੰ ਆਇਆ ਇੱਥੇ। ਤੁਹਾਡੇ ਇੱਥੇ ਕਿਸੇ ਨੇ ਕੋਈ ਵੀ ਹੈਲਪ ਨਹੀਂ ਕੀਤੀ? ਕੋਈ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ, ਨਾ ਕੋਈ ਕਿਸੇ ਨੇ ਮਦਦ ਕੀਤੀ। ਉਲਟਾ ਕਿ ਜਦੋਂ ਅਸੀਂ ਮੌਲੀ ਗਏ ਤਾਂ ਸੂਰਜ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡਾ ਰਸਤਾ ਖੋਲ੍ਹ ਆਪਣੇ ਖਰਚੇ ਨਾਲ, ਕੀ ਰਸਤਾ 20 ਫੁੱਟ ਦਾ ਰਸਤਾ ਖੁੱਲ੍ਹਣ ਨਾਲ ਕਿ ਉਹ 80 ਫੁੱਟ ਦੀ ਰੋਡ ਬਣ ਜਾਣੀ ਹੈ। ਅਸੀਂ ਸਵਾਲ ਕੀਤਾ, ਕਹਿੰਦੇ ਨਾ, ਰਸਤਾ ਖੋਲ੍ਹਣ ਦਾ ਫਾਇਦਾ ਕੀ? ਇੱਕ ਦੋ ਨੰਬਰ ਜੇ ਸਾਨੂੰ ਕਹਿੰਦੇ ਨੇ ਅਸੀਂ ਬੂਥ ਦਿੱਤੇ, ਸਾਨੂੰ ਤਾਂ ਖੋਖੇ ਦਿੱਤੇ ਜੀ। ਇੱਕ ਤੇ ਰੂਫ ਲੇਵਲ ਦੇਖ ਸਕਦੇ ਹਾਂ, ਜਗ੍ਹਾ ਬਹੁਤ ਥੋੜੀ ਹੈ, ਰੂਫ ਲੇਵਲ ਬਜਾਏ 13 ਫੁੱਟ, ਜਿਹੜਾ ਕਿ ਇਹਨਾਂ ਦੀ ਪੋਲਿਸੀ 'ਚ ਹੈਗਾ 10 ਫੁੱਟ, ਅੱਗੇ ਛੱਤ ਬਰਾਂਡਾ ਹੋਣਾ ਚਾਹੀਦਾ 7 ਫੁੱਟ ਦਾ, ਉਹ ਵੀ ਕੋਈ ਉਹ ਨਹੀਂ। ਅਸੀਂ ਕਿਵੇਂ ਮੰਨ ਲਈ ਕਿ ਬੂਥ ਦਿੱਤਾ ਗਿਆ ਸਾਨੂੰ? ਸਾਨੂੰ ਤਾਂ ਇੱਕ ਖੋਖਾ ਦੇ ਕੇ ਸਾਨੂੰ ਲੁੱਟ ਕੇ ਉੱਤੋਂ ਸਾਡੇ ਨਾਲ ਧੋਖੇਬਾਜ਼ ਕਰ ਕੇ ਸਾਨੂੰ ਟਾਲ ਮਟੋਲ ਕਰੀ ਜਾ ਰਹੇ ਨਾਲ 4-5 ਸਾਲਾਂ ਦੀ। ਅਸੀਂ ਕਿਵੇਂ ਨਾ ਭੁੱਲ ਜਾਈਏ, ਸਾਡੀ ਕੋਈ ਕਿਤੇ ਸੁਣਵਾਈ ਨਹੀਂ ਹੋ ਰਹੀ ਸੀ। ਅਸੀਂ ਮੁਹਾਲੀ ਪਹੁੰਚੇ, ਮੁਹਾਲੀ ਤੋਂ ਉਹਨਾਂ ਨੇ ਜਵਾਬ ਕੀਤਾ ਕਿ ਅਸੀਂ 15 ਦਿਨ ਤੁਹਾਨੂੰ ਰਿਪੋਰਟ ਦਾਂਗੇ, ਅੱਜ 3 ਮਹੀਨੇ ਹੋਣਾ, ਨਾ ਕੋਈ ਰਿਪੋਰਟ ਆ ਰਹੀ ਇਹਨਾਂ ਦੀ, ਨਾ ਸਾਨੂੰ ਕੋਈ ਅੱਜ ਤੱਕ ਸੁਣਵਾਈ ਹੋ ਰਹੀ ਹੈ ਉੱਥੋਂ ਵੀ। ਧੰਨਵਾਦ।